ਬੇਤੁਕੇ ਤਰੀਕੇ ਦੇ ਨਾਲ ਉਹਨੇ ਹਲਾਲੂਇਆ ਸ਼ਬਦ ਜਿਹੜਾ ਬੋਲਿਆ ਔਰ ਸਾਡੇ ਇਸ ਸ਼ਬਦ ਦੀ ਉਹਨੇ ਬੇਅਦਬੀ ਕੀਤੀ ਆ ਔਰ ਇੱਕ ਲੱਖਾ ਸਧਾਣਾ ਕੋਈ ਹੈਗਾ ਜਿਹਨੇ ਕੱਲ ਹਲਾਲੂਇਆ ਸ਼ਬਦ ਨੂੰ ਬਹੁਤ ਹੀ ਬੇਤੁਕੇ ਤਰੀਕੇ ਦੇ ਨਾਲ ਉਹਨੇ ਹਲਾਲੂਇਆ ਸ਼ਬਦ ਜਿਹੜਾ ਬੋਲਿਆ ਭਾਰਤੀ ਸਿੰਘ ਫਰਾਹ ਖਾਨ ਅਤੇ ਰਵੀਨਾ ਟੰਡਨ ਦੇ ਵੱਲੋਂ ਜੋ ਹਲਾਲੂਇਆ ਸ਼ਬਦ ਦੇ ਨਾਲ ਭੱਦਾ ਮਜ਼ਾਕ ਕੀਤਾ ਗਿਆ ਸਮਾਜ ਸੇਵੀ ਨੌਜਵਾਨ ਲੱਖੇ ਸਧਾਣੇ ਦੀ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਈਸਾਈ ਧਰਮ ਦੇ ਕਹਾਉਂਦੇ ਕੁਝ ਪਾਸਟਰਾਂ ਵੱਲੋਂ ਧਰਮ ਦੇ ਨਾਮ 'ਤੇ ਕੀਤੇ ਜਾਂਦੇ ਪਖੰਡ ਬਾਰੇ ਬੋਲਿਆ ਹੈ ਕਿ ਇਹ ਪਾਸਟਰ ਮਰੇ ਬੰਦੇ ਨੂੰ ਜਿਉਂਦੇ ਕਰ ਦਿੰਦੇ ਹਨ ਜੋ ਕਿ ਲੋਕਾਂ ਦਾ ਸ਼ੋਸ਼ਣ ਹੈ। ਲੱਖੇ ਵੱਲੋਂ ਇਸ ਮੌਕੇ ਵਰਤੇ ਸ਼ਬਦ ਹਲੇਲੂਇਆ 'ਤੇ ਹੁਣ ਈਸਾਈ ਭਾਈਚਾਰੇ ਵੱਲੋਂ ਇਤਰਾਜ਼ ਉਠਾਇਆ ਗਿਆ ਹੈ ਅਤੇ ਲੱਖੇ ਸਧਾਣੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਸੀਂ ਮੰਮਰਨ ਦੇ ਚੁੱਕੇ ਹਾਂ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਭਾਰਤੀ ਸਿੰਘ ਫਰਾਹ ਖਾਨ ਅਤੇ ਰਵੀਨਾ ਟੰਡਨ ਦੇ ਵੱਲੋਂ ਜੋ ਹਲਾਲੂਇਆ ਸ਼ਬਦ ਦੇ ਨਾਲ ਭੱਦਾ ਮਜ਼ਾਕ ਕੀਤਾ ਗਿਆ ਉਹ ਗੱਲ ਹਜੇ ਠੰਡੀ ਨਹੀਂ ਸੀ ਹੋਈ ਔਰ ਇੱਕ ਲੱਖਾ ਸਧਾਣਾ ਕੋਈ ਹੈਗਾ ਜਿਹਨੇ ਕੱਲ੍ਹ ਹਲਾਲੂਇਆ ਸ਼ਬਦ ਨੂੰ ਬਹੁਤ ਹੀ ਬੇਤੁਕੇ ਤਰੀਕੇ ਦੇ ਨਾਲ ਉਹਨੇ ਹਲਾਲੂਇਆ ਸ਼ਬਦ ਜਿਹੜਾ ਬੋਲਿਆ ਔਰ ਸਾਡੇ ਇਸ ਸ਼ਬਦ ਦੀ ਉਹਨੇ ਬੇਅਦਬੀ ਕੀਤੀ ਆ ਔਰ ਅਸੀਂ ਉਹਨਾਂ ਤਿੰਨਾਂ ਦੇ ਔਰ ਪਲੱਸ ਲੱਖਾ ਸਧਾਣਾ ਦੇ ਖਿਲਾਫ ਅਸੀਂ ਅੱਜ ਮੈਮੋਰੰਡਮ ਦੇ ਦਿੱਤਾ ਆ ਔਰ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ। ਹਾਂ, ਇਸ ਤੋਂ ਅਗਰ ਇਹਨਾਂ ਦੇ ਵਿਰੁੱਧ ਕਾਰਵਾਈ ਨਹੀਂ ਹੁੰਦੀ ਤਾਂ ਸਾਡਾ ਨੈਕਸਟ ਸਟੈਪ ਜਿਹੜਾ ਆ ਉਹ ਅਸੀਂ ਪੂਰਾ ਪੂਰੇ ਜਾਹੋ ਜਲਾਲ ਦੇ ਨਾਲ ਅਸੀਂ ਪੂਰਾ ਸੰਘਰਸ਼ ਕਰਾਂਗੇ। ਇਹ ਕੱਲ੍ਹ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਆ, ਸੋਸ਼ਲ ਮੀਡੀਆ ਦੇ ਉੱਪਰ ਆਈ ਆ ਔਰ ਉਹ ਜਿਹੜਾ ਸਾਡਾ ਪਵਿੱਤਰ ਸ਼ਬਦ ਹੈਲੇਲੂਇਆ ਉਹਨੂੰ ਹਲਾਲੂਇਆ ਕਰਕੇ ਬੋਲਦਾ ਹੈ। ਇਸ ਕਰਕੇ ਅਸੀਂ ਸਾਨੂੰ ਇਹ ਸ਼ਬਦ ਜਿਹੜਾ ਉਹਨੇ ਗਲਤ ਤਰੀਕੇ ਦੇ ਨਾਲ ਬੋਲਿਆ ਉਹਦੇ ਨਾਲ ਸਾਨੂੰ ਬੜਾ ਦੁੱਖ ਹੋਇਆ ਹੈ ਔਰ ਅਸੀਂ ਮੰਗ ਕਰਦੇ ਹਾਂ ਕਿ ਇਹਦੇ ਵਿਰੁੱਧ ਔਰ ਉਹਨਾਂ ਤਿੰਨਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ। ਦੇਖੋ, ਅਸੀਂ ਇਸ ਚੀਜ਼ ਨੂੰ ਅਸੀਂ ਚਾਹੁੰਦੇ ਹਾਂ ਵੀ ਟਵਿੱਟਰ ਦੇ ਉੱਪਰ ਨਹੀਂ, ਉਹ ਸਾਡੇ ਲੋਕਾਂ ਦੇ ਵਿਚਕਾਰ ਆ ਕੇ ਉਹ ਮਸੀਹ ਭਾਈਚਾਰੇ ਦੇ ਸਾਹਮਣੇ ਆ ਕੇ ਉਹ ਮਾਫ਼ੀ ਮੰਗੇ ਤਾਂ ਹੀ ਮਾਫ਼ੀ ਦਿੱਤੀ ਜਾਵੇਗੀ। ਅਗਰ ਅਦਰਵਾਈਜ਼ ਟਵਿੱਟਰ ਦੇ ਉੱਤੇ ਅਸੀਂ ਇਸ ਗੱਲ ਦੇ ਨਾਲ ਕੋਈ ਵੀ